बात आप पानी से ना बनाना सही तरह बात नहीं कोई कर बरसात ज्यादा पैण दा करके फसलों का वड्डा नुकसान होया है तां झोने की फसल जिहड़ी है वह पानी दे विच डुब चुकी है। अज जिला अमृतसर दे हलका मजीठा दे अंदर असीं इत्थे खड़े हां तां इत्थे सुखजिंदर राज सिंह लाली मजीठिया जिहड़े इत्थों हलका इंचार्ज ने आम आदमी पार्टी दे तां उह वी इत्थे इस दा जायजा लैण दे लई पुज्जे ने तां कुछ जिमीदार वी इत्थे मौजूद ने। सर की प्रॉब्लम होई है जिहड़ी फसलां नूं अज इत्थे तुसीं? सर जी इह बरसात दा पानी आ जिहड़ी पिछे बरसात होई आ इह पानी सारा इत्थे जमा वा साडा सारा ही इस इलाके का झोना डुबिया पाया पूरा बुरी तरह चार दिन हो गया जिहड़ा अजे तक पूरा खाली नहीं होया। अं अपनी सरकार तो यही मांग करते हैं कि साडा जिहड़ा ये पानी की निकासी जिहड़ी आ चंगी तरह की जाए पाइप वड्डे पाए जाण तां जो ये सानू ये मतलब चीज़ तो निजात मिले अगे तो। तुहानू की लगता जी ये जो पानी दे नाल किन्नी फसल का जिहड़ा नुकसान होने की आस आ? फसल तो तकरीबन अद्धी तो खराब हो गई जी 50% तो नुकसान हो ही गया। हाँ जी हुण तक जी अगे हुण भी पानी निकल जाता तो फिर थोड़ा बड़ा बचाव आ नहीं तो पूरा ही खराब ही है काम जी। ये मींह दा ही सारा पानी है जां तुहाडे लागों किते नहर दा कोई पानी आया जी? ये सारा बरसात दा ही पानी है जी। पहला कोई पानी नहीं सी पानी तो अहीं पहला ही बंद कर रखे सीगे ते बरसात दा आउण करके सारा ये मतलब खराब हो गया। की डिमांड आ हुण की मांग की करदे हो तुसीं? मांग अहीं यही करदे आ जी इत्थे वड्डे पैप पाए जाण तां जो सांदी प्रॉब्लम अगे तो सॉल्व हो जाए। हर साल जिहड़ा हर नुकसान हो रहा कई सालों तो वो अगे तो मतलब बचा जा सके। किन्ना एरिया जिहड़ा तुसीं समझ सकदे हो वी इस नुकसान दे घेरे च आया वा? ये कम से कम 100 acres ते है ही है जी इत्थे जिहड़ा बिलकुल ही प्रभावित होया। ਤਾਂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਜੀ ਇੱਥੇ ਪਹੁੰਚੇ ਨੇ ਤਾਂ ਮਜੀਠੀਆ ਸਾਹਿਬ ਕੀ ਇਹ ਮਾਮਲਾ ਆ ਜਿਹੜਾ ਫਸਲ ਦਾ ਨੁਕਸਾਨ ਹੋਇਆ ਹੈ ਕੀ ਤੁਸੀਂ ਅੱਜ ਜਾਇਜ਼ਾ ਲਿਆ ਜੀ? ਤੁਸੀਂ ਇੱਕ ਗੱਲ ਤੁਹਾਨੂੰ ਉਹਨਾਂ ਨੇ ਦੱਸੀ ਆ ਜਿਹੜੇ ਇੱਥੇ ਸਾਡੇ ਜ਼ਿਮੀਂਦਾਰ ਵੀਰ ਨੇ ਇੱਥੇ ਜਿਹੜੀਆਂ ਪਾਈਪਾਂ ਪਈਆਂ ਪੁਰਾਣੀਆਂ ਉਹ ਛੋਟੀਆਂ ਨੇ ਜਿਨ੍ਹਾਂ ਕਰਕੇ ਨਿਕਾਸੀ ਪਾਣੀ ਦੀ ਨਹੀਂ ਹੁੰਦੀ ਨਹਿਰ ਦੇ ਵਿੱਚ ਤੇ ਉਹ ਹੁਣ ਮੇਰੀ SDO ਸਾਹਿਬ ਨਾਲ ਵੀ ਗੱਲ ਹੋਈ ਆ ਐਕਸ਼ਨ ਸਾਹਿਬ ਨਾਲ ਵੀ ਗੱਲ ਕਰਾਂਗਾ। SDO ਸਾਹਿਬ ਨੇ ਅਸ਼ੋਰ ਕੀਤਾ ਕਿ ਇਹ ਜਿਹੜੇ ਪਾਈਪਸ ਨੇ ਬਦਲਦੇ ਜਾਣਗੇ ਇਹ ਵੱਡੇ ਪਾਈਪਸ ਕਰਦੇ ਜਾਣਗੇ ਔਰ ਕਿਉਂਕਿ ਇਹਨਾਂ ਦੀ ਇੱਕ ਬੜੀ ਕਰੋਨਿਕ ਪ੍ਰੋਬਲਮ ਆ ਜਿਹਦਾ ਜਿਹੜਾ ਮਸਲਾ ਹੈ ਇਹ ਹੱਲ ਕਰ ਲਵੇ। ਪਰ ਉਹ ਤਾਂ ਨਹਿਰ ਦਾ ਪਾਣੀ ਤਾਂ ਚੱਲਦਾ ਹੋ ਜਾਏਗਾ ਜੀ ਜਿਹੜਾ ਫਸਲ ਦਾ ਨੁਕਸਾਨ ਹੋਇਆ ਉਹਦੇ ਲਈ ਵੀ ਕੋਈ ਤੁਸੀਂ ਸਰਕਾਰ ਦੀਆਂ ਪਾਲਿਸੀਆਂ ਦੇ ਮੁਤਾਬਕ ਕੋਈ ਗਰਦੌਰੀਆਂ ਵਗੈਰਾ ਜਾਂ ਕੁਛ ਇਹਨਾਂ ਨੂੰ ਰਾਹਤ ਦੇਣ ਦੇ ਲਈ ਕੁਛ ਇਹਦੇ ਬਾਰੇ ਫੈਸਲਾ ਜਿਹੜਾ ਨਾ ਜੀ ਉਹ ਪੰਜਾਬ ਸਰਕਾਰ ਦੇ ਲੈਵਲ 'ਤੇ ਆ ਕਿਉਂਕਿ ਇਹ ਮੇਰੇ ਮਤਲਬ ਆਧਾਰ ਖੇਤਰ ਦੇ ਵਿੱਚ ਨਹੀਂ ਆਉਂਦਾ ਇਹਦੇ ਬਾਰੇ ਕੋਈ ਵੀ ਗੱਲ ਕਰਨੀ ਅਤੇ ਜੋ ਸਾਰਿਆਂ ਦੇ ਨਾਲ ਹੋਏਗਾ ਉਹ ਇਹਨਾਂ ਦੇ ਨਾਲ ਵੀ ਉਹੀ। ਕਿੰਨਾ ਕੁ ਨੁਕਸਾਨ ਤੁਸੀਂ ਜਿਹੜਾ ਉਹ ਮਾਪਿਆ ਕਿ ਕਿੰਨਾ ਕੁ ਨੁਕਸਾਨ ਇੱਥੇ ਹੋਇਆ ਹੋ ਸਕਦਾ ਜੀ? ਦੇਖੋ ਜੇ ਤਾਂ ਬਰਸਾਤ ਅੱਗੇ ਨਾ ਆਈ ਫਿਰ ਤਾਂ ਚਲੋ ਬਚਾਈ ਆ ਫਿਰ ਜਿਵੇਂ ਉਹ ਕਹਿ ਰਹੇ ਨੇ ਨੁਕਸਾਨ ਤਾਂ ਹੋਇਆ ਅਤੇ ਜੇ ਬਰਸਾਤ ਦੁਬਾਰਾ ਆਈ ਤਾਂ ਫਿਰ ਜ਼ਿਆਦਾ ਨੁਕਸਾਨ ਹੋਣ ਦੇ ਚਾਂਸ। ਹੁਣ ਅਧਿਕਾਰੀਆਂ ਨੂੰ ਕੋਈ ਤੁਸੀਂ ਜਿਹੜੇ ਉਹ ਨਿਰਦੇਸ਼ ਜਾਰੀ ਕੀਤੇ ਨੇ ਜੀ ਲੋਕਾਂ? ਹਾਂਜੀ ਉਹਨਾਂ ਨੂੰ ਜਿਹੜੇ SDO ਸਾਹਿਬ ਨੇ ਉਹਨਾਂ ਦੇ ਨਾਲ ਗੱਲ ਹੋਈ ਆ ਔਰ ਉਹਨਾਂ ਮੈਨੂੰ ਅਸ਼ੋਰ ਕੀਤਾ ਕਿ ਜਿਹੜੇ ਪਾਈਪਸ ਨੇ ਉਹਨਾਂ ਨੂੰ ਵੱਡੇ ਕਰ। ਤਾਂ ਬਿਲਕੁਲ ਇਹਨਾਂ ਲੋਕਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਉਹਨਾਂ ਦੀ ਝੋਨੇ ਦੀ ਫਸਲ ਜਿਹੜੀ ਹੈ ਉਹ ਕਾਫੀ ਹੱਦ ਤੱਕ ਜਿਹੜੀ ਹੈ ਉਹ ਜਿਹੜੀ ਇੱਥੇ ਪਾਣੀ ਬਰਸਾਤੀ ਜਿਹੜਾ ਉਹ ਆਉਣ ਦਾ ਕਰਕੇ ਜਿਹੜੀ ਖਰਾਬ ਹੋ ਚੁੱਕੀ ਹੈ। ਤਾਂ ਇਹ ਲਾਲੀ ਮਜੀਠੀਆ ਜੀ ਇੱਥੇ ਪਹੁੰਚੇ ਨੇ ਜਿਨ੍ਹਾਂ ਨੇ ਦੇਖਿਆ ਆਣ ਕੇ ਸਾਰਾ ਜਾਇਜ਼ਾ ਲਿਆ ਤਾਂ ਇਹਨਾਂ ਨੇ ਦੱਸਿਆ ਹੈ ਕਿ ਇਸ ਜਿਹੜੀ ਇਹਨਾਂ ਦੇ ਕੋਲ ਦੀ ਇੱਥੋਂ ਦੀ ਨਹਿਰ ਲੰਘਦੀ ਹੈ ਉਹਦੇ ਕੋਲ ਦੇ ਜਿਹੜੇ ਪਾਈਪ ਨੇ ਉਹ ਛੋਟੇ ਹੋਣ ਦਾ ਕਰਕੇ ਵੀ ਇੱਥੇ ਪਾਣੀ ਦਾ ਠਰਾਅ ਜਿਹੜਾ ਉਹ ਜ਼ਿਆਦਾ ਹੋ ਜਾਂਦਾ ਸੀਗਾ। ਤਾਂ ਇਹਨਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਕੀਤੇ ਨੇ ਕਿ ਉਹ ਜਿਹੜੇ ਪਾਈਪਸ ਨੇ ਉਹਨਾਂ ਨੂੰ ਵੀ ਵੱਡਿਆਂ ਕੀਤਾ ਜਾਵੇ ਔਰ ਸਰਕਾਰ ਦੀ ਜੋ ਵੀ ਪਾਲਿਸੀ ਹੋਏਗੀ ਉਹਦੇ ਅਕੋਰਡਿੰਗ ਜਿਹੜੀ ਫਸਲ ਦਾ ਨੁਕਸਾਨ ਦਾ ਜਿਹੜਾ ਮੁਆਵਜ਼ਾ ਉਹ ਇਹਨਾਂ ਜ਼ਿਮੀਂਦਾਰਾਂ ਨੂੰ ਦਿੱਤਾ ਜਾਵੇਗਾ। ਜਗਬਾਣੀ TV ਦੇ ਲਈ ਕੈਪਟਨ ਸਿੰਘ ਮਹਿਤਾ ਚੌਂਕ ਅੰਮ੍ਰਿਤਸਰ।